ਮੁੜ ਤੋਂ ਦਰਿਆ ਦੇ ਵਿੱਚੋਂ ਗੈਰ ਕਾਨੂੰਨੀ ਸ਼ਰਾਬ ਮਿਲੀ ਹੈ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਜਾ ਕੇ ਰੇਡ ਕੀਤੀ ਜਾ ਰਹੀ ਹੈ। ਜ਼ਿਆਦਾਤਰ ਸਤਲੁਜ ਦਰਿਆ ਦੇ ਲਾਗੇ ਬੰਨੇ ਬਸੇ ਹੋਏ ਪਿੰਡਾਂ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ, ਜਿੱਥੇ ਜ਼ਿਆਦਾਤਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਦਰਅਸਲ ਬੀਤੇ ਦਿਨ ਵੀ ਸਤਲੁਜ ਦਰਿਆ ਦੇ ਅੰਦਰ ਹੀ ਇਹਨਾਂ ਤਸਕਰਾਂ ਨੇ, ਇਹਨਾਂ ਸ਼ਰਾਬ ਬਣਾਉਣ ਵਾਲਿਆਂ ਨੇ ਥਾਵਾਂ ਬਣਵਾਈਆਂ ਹੋਈਆਂ ਸੀ, ਤਰਪਾਲਾਂ ਦੇ ਅੰਦਰ ਸ਼ਰਾਬ ਲੁਕੋ ਕੇ ਰੱਖੀ ਜਾਂਦੀ ਸੀ। ਤਾਂ ਹੁਣ ਪੁਲਿਸ ਨੇ ਫਿਰ ਇੱਕ ਵਾਰ ਰੇਡ ਕੀਤੀ ਹੈ। ਫਿਰੋਜ਼ਪੁਰ ਦੀ ਇਹ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਦਾ ਸਾਂਝਾ ਓਪਰੇਸ਼ਨ ਦੱਸਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਅਤੇ ਦਰਿਆ ਦੇ ਰੇਡ ਕੀਤੀ ਗਈ ਹੈ, ਜਿੱਥੋਂ ਕਾਸੋ ਓਪਰੇਸ਼ਨ ਚਲਾਇਆ ਗਿਆ ਅਤੇ ਲਾਣ ਬਰਾਮਦ ਹੋਈ ਹੈ, ਉਹ ਵੀ 32,000 ਲੀਟਰ ਅਤੇ 68 ਲੀਟਰ ਦੇਸੀ ਦਾਰੂ ਇੱਥੋਂ ਬਰਾਮਦ ਹੋਈ ਹੈ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਦਾ ਇਹ ਸਾਂਝਾ ਓਪਰੇਸ਼ਨ ਜਿਹੜਾ ਕਿ ਸਤਲੁਜ ਦਰਿਆ 'ਤੇ ਚਾਲੂ ਕੀਤਾ ਗਿਆ, ਪੁਲਿਸ ਨੂੰ ਕਾਮਯਾਬੀ ਮਿਲੀ ਹੈ। 32,000 ਲੀਟਰ ਲਾਣ ਬਰਾਮਦ ਕੀਤੀ ਗਈ ਹੈ। ਦਰਅਸਲ ਸੰਗਰੂਰ ਵਿਖੇ ਦਾਰੂ ਪੀਣ ਦੇ ਨਾਲ, ਗੈਰ ਕਾਨੂੰਨੀ ਦਾਰੂ ਪੀਣ ਦੇ ਨਾਲ, ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੰਨੇ ਹੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਵਿੱਚ ਦਾਖਲ ਨੇ, ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਸੀਐਮ ਮਾਨ ਦੇ ਵੱਲੋਂ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦੇ ਹੁਕਮ ਦਿੱਤੇ ਗਏ ਸੀਗੇ ਅਤੇ ਦੁਬਾਰਾ ਹੁਣ ਉਸ ਮਾਮਲੇ ਦੀ ਵੀ ਜਾਂਚ ਚੱਲ ਰਹੀ ਹੈ। ਪਰ ਇਸ ਦੇ ਨਾਲ ਹੀ ਐਕਸਾਈਜ਼ ਵਿਭਾਗ ਪੱਬਾ ਭਾਰ ਹੋ ਗਿਆ ਹੈ, ਕਿਉਂਕਿ ਇੱਕ ਥਾਂ 'ਤੇ ਗਲਤੀ ਕਰਨ ਤੋਂ ਬਾਅਦ, ਯਾਨੀ ਕਿ ਇੱਕ ਥਾਂ 'ਤੇ ਜੇਕਰ ਜ਼ਹਿਰੀਲੀ ਸ਼ਰਾਬ ਉਹ ਨਾ ਵਿਕਦੀ ਠੇਕੇ 'ਤੇ ਤਾਂ ਇੰਨੇ ਲੋਕਾਂ ਦੀ ਜਾਨ ਨਹੀਂ ਜਾਣੀ ਸੀ। ਤਾਂ ਐਕਸਾਈਜ਼ ਵਿਭਾਗ ਦੇ ਵੱਲੋਂ ਪੁਲਿਸ ਦੇ ਨਾਲ ਸਾਂਝਾ ਓਪਰੇਸ਼ਨ ਕਰਦੇ ਹੋਏ ਵੱਖ ਵੱਖ ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਨੇ। ਕੱਲ੍ਹ ਬੀਤੇ ਦਿਨ ਵੀ ਦਰਿਆ ਦੇ ਵਿੱਚੋਂ ਸ਼ਰਾਬ ਬਰਾਮਦ ਹੋਈ ਸੀ, ਅੱਜ ਫਿਰ ਦਰਿਆ ਦੇ ਵਿੱਚੋਂ ਸ਼ਰਾਬ ਬਰਾਮਦ ਹੋਈ ਹੈ। ਉਹ ਪੁਲਿਸ ਕਰਮੀਆਂ ਦਾ ਕੀ ਕਹਿਣਾ ਹੈ, ਕਿਵੇਂ ਉਹਨਾਂ ਨੂੰ ਇਸ ਥਾਂ ਦੀ ਲੋਕੇਸ਼ਨ ਪਤਾ ਚੱਲੀ, ਉਹਨਾਂ ਨੂੰ ਕਿਸ ਨੇ ਸੂਚਨਾ ਦਿੱਤੀ, ਆਓ ਜਾਣੋ। ਇਹ ਖਬਰ ਸੀ ਕਿ ਦਰਿਆ ਤੋਂ ਪਾਰ ਉਹਨਾਂ ਦੇ ਏਰੀਏ ਦੇ ਵਿੱਚ ਕੁਝ ਲੋਕ ਲਾਣ ਕੱਢਦੇ ਹਨ, ਜਿੱਥੇ ਕਿ ਆਮ ਲੋਕਾਂ ਦਾ ਆਉਣਾ ਜਾਣਾ ਬੜਾ ਔਖਾ ਹੈ। ਜੋ ਇਸ ਦੇ ਸੰਬੰਧ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਨੂੰ ਨਾਲ ਲਿਆ, ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ 'ਤੇ ਰੇਡ ਕੀਤਾ। ਇੱਕ ਕਾਸੋ ਓਪਰੇਸ਼ਨ ਚਲਾਇਆ ਗਿਆ, ਸਾਰੇ ਏਰੀਏ ਨੂੰ ਕੌਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਅਤੇ ਉੱਥੋਂ ਤਕਰੀਬਨ 32,000 ਲੀਟਰ ਦੇ ਕਰੀਬ ਲਾਣ ਮਿਲੀ ਜਿਸ ਨੂੰ ਉੱਥੇ ਡਿਸਟਰੋਏ ਕੀਤਾ ਗਿਆ। ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ, ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇਗਾ। ਮੁੜ ਤੋਂ ਦਰਿਆ ਦੇ ਵਿੱਚੋਂ ਗੈਰ ਕਾਨੂੰਨੀ ਸ਼ਰਾਬ ਮਿਲੀ ਹੈ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਵੱਖ ਵੱਖ ਥਾਵਾਂ 'ਤੇ ਜਾ ਕੇ ਰੇਡ ਕੀਤੀ ਜਾ ਰਹੀ ਹੈ। ਜ਼ਿਆਦਾਤਰ ਸਤਲੁਜ ਦਰਿਆ ਦੇ ਲਾਗੇ ਬੰਨੇ ਬਸੇ ਹੋਏ ਪਿੰਡਾਂ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ, ਜਿੱਥੇ ਜ਼ਿਆਦਾਤਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਦਰਅਸਲ ਬੀਤੇ ਦਿਨ ਵੀ ਸਤਲੁਜ ਦਰਿਆ ਦੇ ਅੰਦਰ ਹੀ ਇਹਨਾਂ ਤਸਕਰਾਂ ਨੇ, ਇਹਨਾਂ ਸ਼ਰਾਬ ਬਣਾਉਣ ਵਾਲਿਆਂ ਨੇ ਥਾਵਾਂ ਬਣਵਾਈਆਂ ਹੋਈਆਂ ਸੀ, ਤਰਪਾਲਾਂ ਦੇ ਅੰਦਰ ਸ਼ਰਾਬ ਲੁਕੋ ਕੇ ਰੱਖੀ ਜਾਂਦੀ ਸੀ। ਤਾਂ ਹੁਣ ਪੁਲਿਸ ਨੇ ਫਿਰ ਇੱਕ ਵਾਰ ਰੇਡ ਕੀਤੀ ਹੈ। ਫਿਰੋਜ਼ਪੁਰ ਦੀ ਇਹ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਦਾ ਸਾਂਝਾ ਓਪਰੇਸ਼ਨ ਦੱਸਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਅਤੇ ਦਰਿਆ ਦੇ ਰੇਡ ਕੀਤੀ ਗਈ ਹੈ, ਜਿੱਥੋਂ ਕਾਸੋ ਓਪਰੇਸ਼ਨ ਚਲਾਇਆ ਗਿਆ ਅਤੇ ਲਾਣ ਬਰਾਮਦ ਹੋਈ ਹੈ, ਉਹ ਵੀ 32,000 ਲੀਟਰ ਅਤੇ 68 ਲੀਟਰ ਦੇਸੀ ਦਾਰੂ ਇੱਥੋਂ ਬਰਾਮਦ ਹੋਈ ਹੈ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਦਾ ਇਹ ਸਾਂਝਾ ਓਪਰੇਸ਼ਨ ਜਿਹੜਾ ਕਿ ਸਤਲੁਜ ਦਰਿਆ 'ਤੇ
ਚਾਲੂ ਕੀਤਾ ਗਿਆ। ਪੁਲਿਸ ਨੂੰ ਕਾਮਯਾਬੀ ਮਿਲੀ ਹੈ, 32,000 ਲੀਟਰ ਲਾਣ ਬਰਾਮਦ ਕੀਤੀ ਗਈ ਹੈ। ਦਰਅਸਲ ਸੰਗਰੂਰ ਵਿਖੇ ਦਾਰੂ ਪੀਣ ਦੇ ਨਾਲ, ਗੈਰ ਕਾਨੂੰਨੀ ਦਾਰੂ ਪੀਣ ਦੇ ਨਾਲ, ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੰਨੇ ਹੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਹਸਪਤਾਲ ਦੇ ਵਿੱਚ ਦਾਖਲ ਨੇ, ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਸੀ ਐਮ ਮਾਨ ਦੇ ਵੱਲੋਂ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦੇ ਹੁਕਮ ਦਿੱਤੇ ਗਏ ਸੀਗੇ ਅਤੇ ਦੁਬਾਰਾ ਹੁਣ ਉਸ ਮਾਮਲੇ ਦੀ ਵੀ ਜਾਂਚ ਚੱਲ ਰਹੀ ਹੈ। ਪਰ ਇਸ ਦੇ ਨਾਲ ਹੀ ਐਕਸਾਈਜ਼ ਵਿਭਾਗ ਪੱਬਾ ਭਾਰ ਹੋ ਗਿਆ ਹੈ, ਕਿਉਂਕਿ ਇੱਕ ਥਾਂ 'ਤੇ ਗਲਤੀ ਕਰਨ ਤੋਂ ਬਾਅਦ, ਯਾਨੀ ਕਿ ਇੱਕ ਥਾਂ 'ਤੇ ਜੇਕਰ ਜ਼ਹਿਰੀਲੀ ਸ਼ਰਾਬ ਉਹ ਨਾ ਵਿਕਦੀ ਠੇਕੇ 'ਤੇ ਤਾਂ ਇੰਨੇ ਲੋਕਾਂ ਦੀ ਜਾਨ ਨਹੀਂ ਜਾਣੀ ਸੀ। ਤਾਂ ਐਕਸਾਈਜ਼ ਵਿਭਾਗ ਦੇ ਵੱਲੋਂ ਪੁਲਿਸ ਦੇ ਨਾਲ ਸਾਂਝਾ ਓਪਰੇਸ਼ਨ ਕਰਦੇ ਹੋਏ ਵੱਖ ਵੱਖ ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਨੇ। ਕੱਲ੍ਹ ਬੀਤੇ ਦਿਨ ਵੀ ਦਰਿਆ ਦੇ ਵਿੱਚੋਂ ਸ਼ਰਾਬ ਬਰਾਮਦ ਹੋਈ ਸੀ, ਅੱਜ ਫਿਰ ਦਰਿਆ ਦੇ ਵਿੱਚੋਂ ਸ਼ਰਾਬ ਬਰਾਮਦ ਹੋਈ ਹੈ। ਉਹ ਪੁਲਿਸ ਕਰਮੀਆਂ ਦਾ ਕੀ ਕਹਿਣਾ ਹੈ, ਕਿਵੇਂ ਉਹਨਾਂ ਨੂੰ ਇਸ ਥਾਂ ਦੀ ਲੋਕੇਸ਼ਨ ਪਤਾ ਚੱਲੀ, ਉਹਨਾਂ ਨੂੰ ਕਿਸਨੇ ਸੂਚਨਾ ਦਿੱਤੀ, ਆਓ ਜਾਣ। ਇਹ ਖਬਰ ਸੀ ਕਿ ਦਰਿਆ ਤੋਂ ਪਾਰ ਉਹਨਾਂ ਦੇ ਏਰੀਏ ਦੇ ਵਿੱਚ ਕੁਛ ਲੋਕ ਲਾਣ ਕੱਢਦੇ ਹਨ, ਜਿੱਥੇ ਕਿ ਆਮ ਲੋਕਾਂ ਦਾ ਆਉਣਾ ਜਾਣਾ ਬੜਾ ਔਖਾ ਹੈ। ਜੋ ਇਸ ਦੇ ਸੰਬੰਧ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਨੂੰ ਨਾਲ ਲਿਆ, ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ 'ਤੇ ਰੇਡ ਕੀਤਾ, ਇੱਕ ਕਾਸੋ ਓਪਰੇਸ਼ਨ ਚਲਾਇਆ ਗਿਆ, ਸਾਰੇ ਏਰੀਏ ਨੂੰ ਕੌਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਅਤੇ ਉੱਥੋਂ ਤਕਰੀਬਨ 32,000 ਲੀਟਰ ਦੇ ਕਰੀਬ ਲਾਣ ਮਿਲੀ, ਜਿਸ ਨੂੰ ਉੱਥੇ ਹੀ ਡਿਸਟਰੋਏ ਕੀਤਾ ਗਿਆ। ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ, ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇਗਾ।